ਪੰਜਾਬ ਰੋਡਵੇਜ਼ ਪਨਬੱਸ ਅਤੇ ਪੀਆਰਟੀਸੀ ਬੱਸਾਂ ਦੇ ਕੱਚੇ ਮੁਲਾਜ਼ਮ ਉਹਨਾਂ ਨੂੰ ਪੱਕਾ ਕਰਨ ਅਤੇ ਹੋਰ ਮੰਗਾਂ ਨੂੰ ਲੈ ਕੇ ਲਗਾਤਾਰ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ ਪਰ ਇਹਨਾਂ ਦੀਆਂ ਮੰਗਾਂ ਵੱਲ ਸਰਕਾਰ ਵੱਲੋਂ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਬੀਤੇ ਦਿਨੀ ਵੀ ਪ੍ਰੈਸ ਕਾਨਫਰੰਸ ਕਰਕੇ ਕੱਚੇ ਮੁਲਾਜ਼ਮਾਂ ਨੇ ਕਿਹਾ ਸੀ ਕਿ ਜੇਕਰ ਸਰਕਾਰ ਨੇ ਸਾਰੀਆਂ ਮੰਗਾਂ ਨੂੰ ਜਲਦ ਪੂਰਾ ਨਾ ਕੀਤਾ ਤਾਂ ਉਹਨਾਂ ਵੱਲੋਂ 7 ਦਸੰਬਰ ਨੂੰ ਮੁਕੰਮਲ ਹੜਤਾਲ ਸ਼ੁਰੂ ਕਰ ਦਿੱਤੀ ਜਾਵੇਗੀ ਤੇ ਕੱਚੇ ਮੁਲਾਜ਼ਮਾਂ ਵੱਲੋਂ ਅਣਮਿੱਥੇ ਸਮੇਂ ਦੀ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੇ ਤਹਿਤ ਜਲੰਧਰ ਵਿਖੇ ਵੀ ਪੰਜਾਬ ਰੋਡਵੇਜ਼ ਪਨਬੱਸ ਕੰਟਰੈਕਟ ਵਰਕਰਸ ਯੂਨੀਅਨ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਗਈ। ਇਸ ਦੇ ਚੱਲਦਿਆਂ ਪੰਜਾਬ ਰੋਡਵੇਜ਼ ਪਨਬੱਸ ਦੇ ਚੱਕੇ ਜਾਮ ਕਰ ਦਿੱਤੇ ਗਏ ਹਨ। ਪੰਜਾਬ ਰੋਡਵੇਜ਼ ਪਨਬੱਸ ਕੰਟਰੈਕਟ ਵਰਕਰਸ ਯੂਨੀਅਨ ਜਲੰਧਰ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਅਤੇ ਜਨਰਲ ਸਕੱਤਰ ਚਾਨਣ ਸਿੰਘ ਨੇ ਕਿਹਾ ਕਿ ਟਰਾਂਸਪੋਰਟ ਮੰਤਰੀ ਨੇ ਕਿਹਾ ਸੀ ਕਿ 1 ਦਸੰਬਰ ਨੂੰ ਪਹਿਲੀ ਕੈਬਨਿਟ ਮੀਟਿੰਗ 'ਚ ਪੰਜਾਬ ਰੋਡਵੇਜ਼ ਪਨਬੱਸ ਅਤੇ ਪੀਆਰਟੀਸੀ ਬੱਸਾਂ ਦੇ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਮੰਨ ਲਈਆਂ ਜਾਣਗੀਆਂ ਪਰ ਸਰਕਾਰ ਵੱਲੋਂ ਅਜੇ ਤੱਕ ਮੰਗਾਂ ਨਹੀਂ ਮੰਨੀਆਂ ਗਈਆਂ। ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਜਲਦ ਤੋਂ ਜਲਦ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹਨਾਂ ਵੱਲੋਂ ਆਪਣੇ ਪ੍ਰਦਰਸ਼ਨ ਨੂੰ ਅੱਗੇ ਹੋਰ ਤਿੱਖਾ ਕੀਤਾ ਜਾਵੇਗਾ। ਮੈਂ ਗੁਰਪ੍ਰੀਤ ਸਿੰਘ, ਪ੍ਰਧਾਨ ਪੰਜਾਬ ਰੋਡਵੇਜ਼ ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਜਲੰਧਰ। ਅੱਜ ਕਿਹੜਾ ਤੁਸੀਂ 7 ਤਰੀਕ ਤੋਂ ਨਿੱਥੇ ਸਮੇਂ ਦੀ ਹੜਤਾਲ ਦਾ ਕਿਹਾ ਹੋਇਆ? ਜਿਹੜੀ ਇਹ ਹੜਤਾਲ ਹੈ ਇਹ ਅੱਜ 7 ਤਰੀਕ ਰਾਤ 12 ਵਜੇ ਤੋਂ ਸ਼ੁਰੂ ਹੋ ਗਈ ਹੈ ਕਿਉਂਕਿ ਪਿਛਲੇ ਦਿਨੀ ਮਾਨਯੋਗ ਟਰਾਂਸਪੋਰਟ ਮੰਤਰੀ ਨਾਲ 22 ਯਾਰਾਂ ਨੂੰ ਮੀਟਿੰਗ ਹੋਈ ਸੀ। ਉਹਨਾਂ ਨੇ ਕਿਹਾ ਸੀ ਆਉਣ ਵਾਲੀ ਪਹਿਲੀ ਕੈਬਨਿਟ ਦੀ ਮੀਟਿੰਗ ਦੇ ਵਿੱਚ ਜਿਹੜਾ ਤੁਹਾਡਾ ਮੰਗਾਂ ਜਿਹੜੀਆਂ ਉਹ ਹੱਲ ਕੀਤੀਆਂ ਜਾਣਗੀਆਂ ਜੋ 1 ਦਸੰਬਰ ਨੂੰ ਲੰਘ ਚੁੱਕੀ ਹੈ। ਉਸ ਤੋਂ ਬਾਅਦ ਇੱਕ ਹਫ਼ਤੇ ਦਾ ਅਸੀਂ ਸਰਕਾਰ ਨੂੰ ਫਿਰ ਟਾਈਮ ਦਿੱਤਾ ਪਰ ਸਰਕਾਰ ਹਰ ਫਰੰਟ 'ਤੇ ਨਾਕਾਮ ਆ, ਸਿਰਫ ਇੱਕ ਲਾਰੇ ਲੱਪੇ ਲਾ ਰਹੀ ਆ। ਸੁਣਨ 'ਚ ਹੈ ਕਿਹੜੇ ਬਲੈਕ ਲਿਸਟ ਬੰਦੇ ਸੀ ਉਹਨਾਂ ਨੂੰ ਅੱਜ ਬੁਲਾਇਆ ਗਿਆ ਅਤੇ ਉਹ ਬੱਸਾਂ ਵੀ ਚਲਾਉਣ? ਬਿਲਕੁਲ ਜੀ, ਇਹ ਜਿਹੜੇ ਬਲੈਕ ਲਿਸਟ ਜਿੱਦਾਂ ਕੋਈ ਰਿਪੋਰਟ ਦੇ ਵਿੱਚ ਫੜਿਆ ਜਾਂਦਾ, ਜਿੱਦਾਂ ਕੋਈ ਡਰਾਈਵਰ ਡੀਜ਼ਲ ਦੇ ਵਿੱਚ ਜਾਂ ਕਨੈਕਟਰ ਦੀ ਕੋਈ ਰਿਪੋਰਟ ਹੋ ਜਾਂਦੀ ਆ, ਉਹਨਾਂ ਨੂੰ ਇੰਨਾ ਇੰਨਾ ਸਮਾਂ ਹੋ ਗਿਆ ਘਰ ਬੈਠਿਆਂ ਨੂੰ, ਇਹ ਕੰਡੀਸ਼ਨਾਂ ਲਾਈਆਂ ਸੀ ਉਹ ਹੁਣ ਜੋ ਸਾਡੇ ਸੁਣ 'ਚ ਆਇਆ ਵੀ ਉਹਨਾਂ ਨੂੰ ਪੁਰਾਣੇ ਜਿੱਦਾਂ ਪਹਿਲੋਂ ਬਹਾਲ ਕਰਕੇ ਉਹਨਾਂ ਕੋਲ ਜੁਰਮਾਨੇ ਭਰਾ ਕੇ ਨਹੀਂ ਰੂਟ 'ਤੇ ਲਿਆ ਜਾਣਾ, ਉਹਨਾਂ ਨੂੰ ਨਵੀਂ ਭਰਤੀ ਦੇ ਵਿੱਚ ਪਾ ਕੇ ਨਵੇਂ ਜਵੈਨਿਕ ਲੈਟਰ ਦੇ ਕੇ ਜਿਹੜਾ ਰੂਟ 'ਤੇ ਲਿਆ ਜਾਣਾ। ਪਰ ਅਸੀਂ ਇਹਨਾਂ ਤੋਂ ਇਹ ਪੁੱਛਣਾ ਚਾਹੁੰਦੇ ਹਾਂ ਵੀ ਜੇ ਤੁਸੀਂ ਨਵੇਂ ਨੰਬਰ ਦੇ ਕੇ ਪੁਰਾਣੇ ਨੰਬਰਾਂ 'ਤੇ ਨਹੀਂ, ਨਵੀਂ ਭਰਤੀ ਜੋ ਨਵੇਂ ਜਵੈਨਿਕ ਲੈਟਰ ਦੇ ਕੇ ਰੂਟ 'ਤੇ ਚੜਾਉਣਾ ਤਾਂ ਉਹਨਾਂ ਦੀ 15 ਦਿਨ ਦੀ ਜਿਹੜੀ ਸਰਕਾਰੀ ਟ੍ਰੇਨਿੰਗ ਹੁੰਦੀ ਆ ਉਹ ਕਿੱਥੇ ਆ? ਜੇ ਤੁਸੀਂ ਅਨਟ੍ਰੇਨਡ ਬੰਦਾ ਅੱਜ ਰੂਟ 'ਤੇ ਭੇਜੋਗੇ ਤਾਂ ਜਿਹੜੀਆਂ ਇੰਨੀਆਂ ਸਵਾਰੀਆਂ ਬੱਸ ਦੇ ਵਿੱਚ ਸਫ਼ਰ ਕਰਨਗੀਆਂ ਉਹਨਾਂ ਦੀ ਜਾਨ ਦੀ ਜਿਹੜੀ ਰਖਵਾਲੀ ਆ ਉਹਦਾ ਜ਼ਿੰਮੇਵਾਰ ਕੌਣ ਆ? ਅਤੇ ਤੁਹਾਡੀ GM ਸਾਹਿਬ ਨਾਲ ਵੀ ਹੁਣ ਮੀਟਿੰਗ ਹੋਈ ਹੈ, ਕੀ ਮੀਟਿੰਗ ਦੇ ਵਿੱਚ ਕੀ ਸਿੱਟਾ ਨਿਕਲਣਗੀਆਂ? ਬਿਲਕੁਲ ਜੀ, ਉਹਨਾਂ ਇਹੋ ਹੀ ਬਸ ਜਿੱਦਾਂ ਡਰਾਵੇ ਦਿੰਦੇ ਆ, ਧਮਕਾਉਂਦੇ ਆ ਵੀ ਤੁਸੀਂ ਤੁਹਾਡੇ 'ਤੇ ਪਰਚੇ ਹੋ ਜਾਣਗੇ, ਪਰ ਅਸੀਂ ਮਾਨਯੋਗ GM ਸਾਹਿਬ ਨੂੰ ਜਾਂ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਹਾਂ ਵੀ ਬੇਸ਼ੱਕ ਜਿਹੜੇ ਮਰਜ਼ੀ ਸਾਡੇ 'ਤੇ ਪਰਚੇ ਕਰਾ ਲਿਓ, ਜੋ ਮਰਜ਼ੀ ਕਰਾ ਲਿਓ, ਪੰਨ ਬੱਸਾਂ ਦਾ ਅਸੀਂ ਬਿਲਕੁਲ ਨਹੀਂ ਡਿਪੂਆਂ ਦੇ ਵਿੱਚੋਂ ਨਿਕਲ ਦੇਵਾਂਗੇ। ਰੋਡਵੇਜ਼ ਜਿਹੜਾ ਤੁਹਾਡੇ ਕੋਲ ਪੱਕਾ ਸਟਾਫ ਹੈਗਾ ਉਹ ਆਪਣੀਆਂ ਗੱਡੀਆਂ ਲੈ ਜੇ, ਇਹ ਬੱਸਾਂ ਰੋਕਣ ਵਾਸਤੇ ਸਾਨੂੰ ਬੱਸਾਂ ਦੇ ਅੱਗੇ ਲੰਮੇ ਪੈਣਾ ਪਏ, ਕੋਈ ਵੀ ਸਟੈਪ ਚੁੱਕਣਾ ਪਏ ਉਹ ਚੁੱਕਾਂਗੇ, ਅਸੀਂ ਬੱਸਾਂ ਨਹੀਂ ਡਿਪੂਆਂ ਦੇ ਵਿੱਚੋਂ ਬਾਹਰ ਜਾਣ ਦੇਵਾਂਗੇ। ਮੁੱਖ ਮੰਗ ਸਾਡੀ ਮੇਨ ਪਬਲਿਕ ਨੂੰ ਲੈ ਕੇ, ਕਿਉਂਕਿ ਪਬਲਿਕ ਨੂੰ ਜਿਹੜੀ ਫ੍ਰੀ ਸਫ਼ਰ ਸਹੂਲਤ ਦਿੱਤੀ ਉਹਨੂੰ ਸਫ਼ਰ ਕਰਨ ਦੇ ਵਿੱਚ ਬਹੁਤ ਪਰੇਸ਼ਾਨੀ ਆਉਂਦੀ ਆ, ਪੀਆਰਟੀਸੀ ਪੰਜਾਬ ਰੋਡਵੇਜ਼ 10,000 ਨਵੀਂ ਬੱਸ ਪਾਈ ਜਾਵੇ ਅਤੇ ਜਿੰਨੇ ਵੀ ਕੱਚੇ ਮੁਲਾਜ਼ਮ ਪਨਬੱਸ ਪੀਆਰਟੀਸੀ ਦੇ ਵਿੱਚ ਕਿਸੇ ਵੀ ਸੀਟ 'ਤੇ ਕੰਮ ਕਰਦੇ ਉਹਨਾਂ ਨੂੰ ਤੁਰੰਤ ਮਹਿਕਮੇ ਦੇ ਵਿੱਚ ਪੱਕਾ ਕੀਤਾ ਜਾਵੇ ਅਤੇ ਇੱਕ ਜਿਹੜੀਆਂ ਨਜਾਇਜ਼ ਕੰਡੀਸ਼ਨਾਂ ਲਾ ਕੇ ਸਾਡੇ ਜਿਹੜੇ ਵਰਕਰ ਆ ਉਹ ਫਾਰਗ ਕੀਤੇ ਹੋਏ ਆ ਉਹਨਾਂ ਨੂੰ ਡਿਊਟੀਆਂ 'ਤੇ ਲਿਆ ਜਾਵੇ ਅਤੇ ਇੱਕ ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ ਬਰਾਬਰ ਕੰਮ ਬਰਾਬਰ ਤਨਖਾਹ ਉਹ ਹੱਟ 'ਤੇ ਲਾਗੂ 'ਚ ਇਹਨਾਂ ਮੰਗਾਂ ਨੂੰ ਲੈ ਕੇ ਜਿਹੜੀ ਸਾਡੀ ਇਹ ਸਟ੍ਰਾਈਕ ਆ ਉਹ ਅਣਮਿੱਥੇ ਸਮੇਂ ਵਾਸਤੇ ਅੱਜ ਤੋਂ ਸ਼ੁਰੂ ਆ। ਮੈਂ ਚਾਨਣ ਸਿੰਘ, ਜਨਰਲ ਸਕੱਤਰ ਪਨਬੱਸ ਕੰਟਰੈਕਟ ਵਰਕਰ ਯੂਨੀਅਨ। ਅੱਜ ਤੁਸੀਂ ਨਿੱਤੇ ਸਮੇਂ ਦੀ ਹੜਤਾਲ 'ਤੇ ਬੈਠੇ ਹੋਏ? ਅੱਜ ਅਸੀਂ ਮਜਬੂਰਨ ਹੜਤਾਲ 'ਤੇ ਬੈਠੇ ਕਿਉਂਕਿ ਸਰਕਾਰ ਦੀਆਂ ਨਾਕਾਮੀਆਂ ਕਰਕੇ, ਸਰਕਾਰ ਸਾਨੂੰ ਆਏ ਦਿਨ ਲਾਰੇ ਲਾਏ ਰਹੀ, ਮੀਟਿੰਗਾਂ ਕਰ ਰਹੀ ਸਾਡੇ ਨਾਲ, ਪਰ ਸਰਕਾਰ ਨੇ ਸਾਡਾ ਇੱਕ ਵੀ ਵਾਅਦਾ ਨਹੀਂ ਪੂਰਾ ਕੀਤਾ ਜੋ ਅੱਜ ਮਜਬੂਰਨ ਹੋ ਕੇ ਸਾਨੂੰ ਅੱਜ ਹੜਤਾਲ ਕਰਨੀ ਪਈ। ਕੀ ਲੱਗਦਾ ਕਿ ਤੁਹਾਡੇ GM ਸਾਹਿਬ ਦੇ ਨਾਲ ਦੀ ਗੱਲਬਾਤ ਹੋਈ ਆ, ਹੁਣੇ ਮੀਟਿੰਗ ਹੋਈ, ਉਹਨਾਂ ਨੇ ਸਿੱਧਾ ਕਿਹਾ ਹਾਵੀ ਆ ਬੱਸਾਂ ਜਾਣ ਦਿਓ, ਕਿਹੜਾ ਅਸੀਂ ਹੜਤਾਲ ਨਾ ਰੋਕੋ ਨਾ ਬੱਸਾਂ? GM ਸਾਹਿਬ ਨੇ ਇਹ ਗੱਲ ਕਹੀ ਹੈ ਵੀ ਅਸੀਂ ਨਵੇਂ ਨੰਬਰ ਦੇ ਕੇ, ਟੈਂਪਰੇਰੀ ਨੰਬਰ ਦੇ ਕੇ ਅਸੀਂ ਬੱਸਾਂ ਭੇਜਣੀਆਂ, ਪਰ GM ਸਾਹਿਬ ਨੂੰ ਅਸੀਂ ਸਪਸ਼ਟ ਮਨਾ ਕੀਤਾ ਵੀ ਅਸੀਂ ਗੱਡੀਆਂ ਪਨਬੱਸ ਦੀਆਂ ਨਹੀਂ ਜਾਣ ਦੇਣੀਆਂ, ਰੋਡਵੇਜ਼ ਦੀਆਂ ਗੱਡੀਆਂ ਖੜੀਆਂ ਉਹ ਦੇ ਕੇ ਭੇਜ ਦਿਓ, ਸਾਨੂੰ ਕੋਈ ਇਤਰਾਜ਼ ਨਹੀਂ। ਕੀ ਕਾਰਨ ਕੀ ਹੈਗਾ ਤੁਹਾਡਾ ਹੜਤਾਲ? ਹੜਤਾਲ ਕਰਨ ਦਾ ਸਾਨੂੰ ਅਸੀਂ ਲੰਮੇ ਸਫੇ ਤੋਂ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਲੈ ਕੇ ਸੰਘਰਸ਼ ਕਰਦੇ ਆ ਰਹੇ ਹਾਂ, ਪਰ ਸਰਕਾਰ ਨੇ ਅਜੇ ਤੱਕ ਸਾਡਾ ਕੋਈ ਵੀ ਮਸਲਾ ਨਹੀਂ ਹੱਲ ਕੀਤਾ। ਨਾ ਹੱਲ ਕਰਨ ਦੀ ਬਜਾਏ ਅਸੀਂ ਅੱਜ ਕੀ ਮੰਗਾਂ ਹੈਗੀਆਂ ਸਾਡੀਆਂ ਮੇਨ ਮੁੱਖ ਮੰਗਾਂ ਵੀ ਜਿੰਨੇ ਸਾਡੇ ਕੱਚੇ ਮੁਲਾਜ਼ਮ ਆ ਉਹ ਰੈਗੂਲਰ ਕੀਤੇ ਜਾਣ, ਪਨਬੱਸ ਔਰ PRTC ਦੇ ਵਿੱਚ ਘੱਟੋ ਘੱਟ 10,000 ਨਵੀਂ ਬੱਸ ਪਾਈ ਜਾਵੇ, ਜਿੰਨੇ ਸਾਡੇ ਨਜਾਇਜ਼ ਕੰਡੀਸ਼ਨ ਲਾ ਕੇ ਬੰਦੇ ਉਹਨਾਂ ਨੇ ਸਸਪੈਂਡ ਕੀਤੇ ਉਹਨਾਂ ਨੂੰ ਬਹਾਲ ਕੀਤਾ ਜਾਵੇ।
ਸਾਡੀਆਂ ਮੇਨ ਤੇ ਤਿੰਨ ਮੁੱਖ ਮੰਗਾਂ ਹੈ ਜੀ। ਸਰਕਾਰ ਨਹੀਂ ਮੰਨਦੀ ਤੇ ਫਿਰ ਤੁਹਾਡਾ ਅਗਲੀ ਰਣਨੀਤੀ ਕੀ ਹੈ? ਅਗਲੀ ਰਣਨੀਤੀ ਸਰ ਸਾਡੀ ਇਹ ਹੈ, ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਨਾ ਹੱਲ ਕੀਤਾ, ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਪੰਜਾਬ ਦੇ 27 ਦੇ 27 ਬੱਸ ਸਟੈਂਡ ਬੰਦ ਕਰਾਂਗੇ। ਜੇ ਉਸ 'ਤੇ ਵੀ ਸਾਡੀ ਸਰਕਾਰ ਨੇ ਨਾ ਸੁਣਵਾਈ ਕੀਤੀ, ਹੋ ਸਕਦਾ ਆਉਣ ਵਾਲੇ ਜਿੰਨੇ ਪੰਜਾਬ ਦੇ ਨੈਸ਼ਨਲ ਹਾਈਵੇ ਉਹ ਅਸੀਂ ਜਾਮ ਕਰਾਂਗੇ।